ਪੰਜਾਬੀ ਰੇਡੀਓ ਯੂਐਸਏ ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 13 ਜਨਵਰੀ ਦਾ ਦਿਨ 1703 ਸੈਦ ਖਾਂ ਅਤੇ ਅਲਫ ਖਾਂ ਵੱਲੋਂ ਗੁਰੂ ਸਾਹਿਬ 'ਤੇ ਹਮਲਾ। ਜਨਵਰੀ 1703 'ਚ ਗੁਰੂ ਸਾਹਿਬ ਧਰਮ ਪ੍ਰਚਾਰ ਦੇ ਦੌਰੇ 'ਤੇ ਆਨੰਦਪੁਰ ਤੋਂ ਕੁਰੂਕਸ਼ੇਤਰ ਗਏ। ਵਾਪਸੀ 'ਤੇ 13 ਜਨਵਰੀ 1703 ਦੇ ਦਿਨ ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਦੀ ਸ਼ਹਿ 'ਤੇ ਸੈਦ ਬੇਗ ਅਤੇ ਅਲਫ ਖਾਂ ਨੇ ਚਮਕੌਰ ਨੇੜੇ ਗੁਰੂ ਸਾਹਿਬ 'ਤੇ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨਾਲ ਮਾਤਾ ਗੁਜਰੀ, ਦੋਵੇਂ ਮਹਿਲ ਅਤੇ 125 ਸਿੰਘ ਸਨ। ਭਾਈ ਉਦੇ ਸਿੰਘ ਅਤੇ ਹੋਰ ਯੋਧਿਆਂ ਨੇ ਹਮਲਾਵਰਾਂ ਦੀ ਚੰਗੀ ਖੁੰਮ ਟੱਪੀ। 1849 ਚੇਲੀਆਂ ਵਾਲੇ 'ਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਜ਼ਬਰਦਸਤ ਜੰਗ। ਚਤਰ ਸਿੰਘ ਅਤੇ ਸ਼ੇਰ ਸਿੰਘ ਅਟਾਰੀ ਵਾਲਿਆਂ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਦੀਆਂ ਤਿਆਰੀਆਂ ਦਾ ਮਾਹੌਲ ਤਕਰੀਬਨ 2 ਮਹੀਨੇ ਚੱਲਦਾ ਰਿਹਾ। ਦੋਹਾਂ ਧਿਰਾਂ 'ਚ ਪਹਿਲੀ ਲੜਾਈ 22 ਨਵੰਬਰ 1848 ਦੇ ਦਿਨ ਰਾਮਨਗਰ 'ਚ ਹੋਈ ਸੀ, ਜਿਸ 'ਚ ਦੋਹਾਂ ਧਿਰਾਂ ਦਾ ਕਾਫ਼ੀ ਨੁਕਸਾਨ ਹੋਇਆ। ਅੰਗਰੇਜ਼ਾਂ ਦੇ ਸੈਂਕੜੇ ਫੌਜੀਆਂ ਤੋਂ ਇਲਾਵਾ ਉਹਨਾਂ ਦੇ ਬ੍ਰਿਗੇਡੀਅਰ ਜਨਰਲ ਕਿਊਟਨ ਅਤੇ ਲੈਫਟੀਨੈਂਟ ਕਰਨਲ ਹੈਵਲਾਕ ਵੀ ਮਾਰੇ ਗਏ। 7 ਹਫ਼ਤੇ ਦੀ ਚੁੱਪ ਮਗਰੋਂ ਬ੍ਰਿਟਿਸ਼ ਫੌਜਾਂ ਇੱਕ ਵਾਰ ਫਿਰ ਟੱਕਰ ਲੈਣ ਵਾਸਤੇ ਤਿਆਰ ਹੋ ਗਈਆਂ। ਅਗਲੀ ਲੜਾਈ 13 ਜਨਵਰੀ 1849 ਦੇ ਦਿਨ ਪਿੰਡ ਚੇਲੀਆਂਵਾਲਾ, ਅੰਗਰੇਜ਼ ਇਸ ਨੂੰ ਚਿਲਿਆਂਵਾਲਾ ਲਿਖਦੇ ਸਨ, ਦੀ ਜੂਝ 'ਚ ਹੋਈ। ਇਸ ਲੜਾਈ 'ਚ ਵਧੇਰੇ ਕਰਕੇ ਅੰਗਰੇਜ਼ੀ ਫੌਜਾਂ ਵੀ ਸ਼ਾਮਲ ਹੋਈਆਂ। ਹਿੰਦੁਸਤਾਨੀ ਜਾਂ ਮੁਸਲਿਮ ਫੌਜਾਂ ਨੂੰ ਇਸ 'ਚ ਸ਼ਾਮਲ ਨਹੀਂ ਕੀਤਾ ਗਿਆ। ਸਿੱਖ ਫੌਜੀ ਇਸ ਲੜਾਈ 'ਚ ਜੀ ਜਾਨ ਨਾਲ ਲੜੇ। ਉਹਨਾਂ ਦੇ ਦਿਲਾਂ 'ਚ ਪੰਜਾਬ ਅਤੇ ਅੰਗਰੇਜ਼ੀ ਕਬਜ਼ੇ ਵਿਰੁੱਧ ਰੂਹ ਫੈਲ ਚੁੱਕਾ ਸੀ। ਉਹ ਅੰਗਰੇਜ਼ਾਂ ਨੂੰ ਦਿਨੇ ਤਾਰੇ ਦਿਖਾਉਣਾ ਚਾਹੁੰਦੇ ਸਨ। ਉੱਧਰ ਅੰਗਰੇਜ਼ ਫੌਜੀਆਂ ਨੂੰ ਮੁਦਕੀ ਅਤੇ ਫਿਰੋਜ਼ ਸ਼ਾਹ ਦੀਆਂ ਲੜਾਈਆਂ ਦਾ ਭੁਲੇਖਾ ਸੀ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਲੜਾਈ 'ਚ ਲਾਲ ਸਿੰਘ, ਕਨ੍ਹੱਈਆ ਲਾਲ, ਅਯੁੱਧਿਆ ਪ੍ਰਸਾਦ ਅਤੇ ਅਮਰਨਾਥ ਵਰਗੇ ਗੱਦਾਰ ਅਗਵਾਈ ਨਹੀਂ ਸਨ ਕਰ ਰਹੇ, ਬਲਕਿ ਇਹ ਸ਼ੇਰਾਂ ਦੀ ਫੌਜ ਸੀ ਜੋ ਜਜ਼ਬਾਤ ਦੀ ਛਾਂ ਹੇਠ ਜੂਝ ਰਹੀ ਸੀ। ਇਸ ਲੜਾਈ 'ਚ ਬ੍ਰਿਟਿਸ਼ ਫੌਜ ਬੁਰੀ ਤਰ੍ਹਾਂ ਤਬਾਹ ਹੋ ਗਈ। ਇਸ ਲੜਾਈ 'ਚ 2446 ਅੰਗਰੇਜ਼ ਫੌਜੀ ਅਤੇ 132 ਅਫਸਰ ਮਾਰੇ ਗਏ ਅਤੇ ਅੰਗਰੇਜ਼ਾਂ ਨੇ 4 ਤੋਪਾਂ ਵੀ ਗੁਆ ਲਈਆਂ। ਇਸ ਜੰਗ ਬਾਰੇ ਕਲਕੱਤਾ ਰਿਵਿਊ 1849 ਨੇ ਲਿਖਿਆ ਕਿ ਇਸ ਸਬ ਕੰਟੀਨੈਂਟ ਸਾਊਥ ਏਸ਼ੀਆ 'ਚ ਬਰਤਾਨੀਆ ਦੀਆਂ ਲੜਾਈਆਂ ਵਿੱਚੋਂ ਚੇਲੀਆਂਵਾਲਾ ਸਭ ਤੋਂ ਵੱਧ ਤਬਾਹਕੁਨ ਸੀ। ਗ੍ਰਿਫਿਨ ਇਸ ਨੂੰ ਅਫਗਾਨਿਸਤਾਨ 'ਚ ਬਰਤਾਨਵੀ ਫੌਜਾਂ ਦੇ ਕਤਲਿਆਂ ਵਾਂਗ ਖੌਫਨਾਕ ਦੱਸਦਾ ਹੈ। ਐਡਵਿਨ ਆਲਨ ਨੇ ਇਸ ਲੜਾਈ ਬਾਰੇ ਕਿਹਾ ਸੀ, ਜੇ ਸਿੱਖ ਅਜਿਹੀ ਇੱਕ ਹੋਰ ਲੜਾਈ ਜਿੱਤ ਜਾਂਦੇ ਤਾਂ ਬਰਤਾਨੀਆ ਦੀ ਹਕੂਮਤ ਨਾ ਸਿਰਫ ਪੰਜਾਬ 'ਚੋਂ ਖਤਮ ਹੋ ਜਾਣੀ ਸੀ, ਬਲਕਿ ਉਹਨਾਂ ਨੂੰ ਭਾਰਤ 'ਚੋਂ ਵੀ ਕੱਢ ਦਿੱਤਾ ਜਾਣਾ ਸੀ। ਇਸ ਲੜਾਈ 'ਚ ਹੋਈ ਹਾਰ ਬਦਲੇ ਜਨਰਲ ਗਫ ਨੂੰ ਹਟਾ ਕੇ ਸਰ ਚਾਰਲਸ ਨੈਪੀਅਰ ਨੂੰ ਅੰਗਰੇਜ਼ੀ ਫੌਜਾਂ ਦਾ ਕਮਾਂਡਰ ਇਨ ਚੀਫ ਬਣਾ ਦਿੱਤਾ ਗਿਆ। 1986 ਅਬੋਹਰ ਅਤੇ ਫਾਜ਼ਿਲਕਾ ਦੇ ਪਿੰਡਾਂ ਦੀ ਬੋਲੀ ਵਾਸਤੇ ਰਾਇਸ਼ੁਮਾਰੀ। ਰਾਜੀਵ ਲੌਂਗੋਵਾਲ ਸਮਝੌਤੇ 'ਚ ਸਿਰਫ ਇੱਕ ਮਾਦੀ ਸਿੱਖਾਂ ਦਰਅਸਲ ਪੰਜਾਬ ਦੇ ਹੱਕ 'ਚ ਸੀ ਕਿ ਚੰਡੀਗੜ੍ਹ 26 ਜਨਵਰੀ 1986 ਤੋਂ ਪਹਿਲਾਂ ਪੰਜਾਬ ਨੂੰ ਦੇ ਦਿੱਤਾ ਜਾਵੇਗਾ ਅਤੇ ਹਰਿਆਣੇ ਨੂੰ ਹਿੰਦੀ ਅਤੇ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਦੇਣ ਵਾਸਤੇ ਉਹਨਾਂ ਦੀ ਸ਼ਨਾਖਤ ਕਰਨ ਵਾਸਤੇ ਇੱਕ ਮਿਸ਼ਨ ਬਣੇਗਾ। ਸੈਂਟਰ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਜਗ੍ਹਾ ਇਸ ਨੂੰ ਹਿੰਦੀ ਬੋਲਦੇ ਇਲਾਕੇ ਨਾਲ ਜੋੜ ਦਿੱਤਾ ਅਤੇ ਪੰਜਾਬ 'ਚ ਹਿੰਦੀ ਬੋਲਦੇ ਇਲਾਕਿਆਂ ਵਾਸਤੇ ਕਮਿਸ਼ਨ ਦਾ ਐਲਾਨ ਕਰ ਦਿੱਤਾ। ਰਾਜੀਵ ਸਰਕਾਰ ਵੱਲੋਂ ਮੈਥਿਊ ਕਮਿਸ਼ਨ ਨੂੰ ਇਹ ਕਿਹਾ ਗਿਆ ਕਿ ਉਹ ਪੰਜਾਬ ਨੂੰ ਚੰਡੀਗੜ੍ਹ ਅਤੇ ਇਸ ਬਦਲੇ ਪੰਜਾਬ ਵਿੱਚੋਂ ਇਲਾਕੇ ਹਰਿਆਣੇ ਨੂੰ ਦੇਣ ਬਾਰੇ ਫੈਸਲਾ ਕਰੇ। ਮਤਲਬ ਸਾਫ਼ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ। ਮੈਥਿਊ ਕਮਿਸ਼ਨ ਨੇ 13 ਜਨਵਰੀ 1986 ਨੂੰ ਅਬੋਹਰ ਅਤੇ ਫਾਜ਼ਿਲਕਾ ਦੀ ਬੋਲੀ ਪਤਾ ਕਰਨ ਵਾਸਤੇ 54 ਪਿੰਡਾਂ 'ਚ ਰਾਇਸ਼ੁਮਾਰੀ ਕਰਾਉਣ ਦਾ ਐਲਾਨ ਕੀਤਾ। ਇਸ ਦਾ ਮਤਲਬ ਸਾਫ਼ ਸੀ ਕਿ ਚੰਡੀਗੜ੍ਹ ਦੇਣ ਦਾ ਮਸਲਾ ਇੱਕ ਤਰੀਕੇ ਨਾਲ ਖਤਮ ਹੀ ਕਰ ਦਿੱਤਾ ਜਾਵੇ। ਅਬੋਹਰ ਫਾਜ਼ਿਲਕਾ 'ਚ ਕੀਤੇ ਜਾ ਰਹੇ ਸਰਵੇ ਸੰਬੰਧੀ ਚਰਨਜੀਤ ਸਿੰਘ ਕੋਕਾਕੋਲਾ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਸਰਵੇ ਮੁਲਕ ਦੀ ਏਕਤਾ ਦੇ ਉਲਟ ਨੇ। ਇੰਦਰ ਕੁਮਾਰ ਗੁਜਰਾਲ, ਸਾਬਕਾ ਵਜ਼ੀਰ ਕੁਲਦੀਪ ਨਈਅਰ ਅਤੇ ਪ੍ਰਾਣ ਚੋਪੜਾ ਨੇ ਕਿਹਾ ਕਿ ਇਹ ਸਰਵੇ ਰਾਜੀਵ ਲੌਂਗੋਵਾਲ ਸਮਝੌਤੇ ਦੇ ਉਲਟ ਨੇ। ਇਸ ਦੇ ਬਾਵਜੂਦ ਰਾਜੀਵ ਗਾਂਧੀ ਨਾ ਟਲਿਆ। ਜਨਵਰੀ ਦੇ ਅੱਧ 'ਚ ਬਰਨਾਲਾ ਨੇ ਚੰਡੀਗੜ੍ਹ ਪੰਜਾਬ ਨੂੰ ਮਿਲਣ ਦੀਆਂ ਵਧਾਈਆਂ ਦੇ ਲੱਖਾਂ ਇਸ਼ਤਿਹਾਰ ਵੀ ਛਪਵਾ ਕੇ ਰੱਖ ਲਏ ਸਨ, ਪਰ ਉਹ ਰਾਜੀਵ ਗਾਂਧੀ ਵੱਲੋਂ ਧੋਖਾ ਦਿੱਤੇ ਜਾਣ ਅਤੇ ਰੋਸ ਤੱਕ ਵੀ ਨਾ ਜਿਤਾ ਸਕੇ ਅਤੇ ਉਸ ਦੇ ਬਾਵਜੂਦ ਵੀ ਉਹ ਚੀਫ਼ ਮਿਨਿਸਟਰੀ ਨਾਲ ਜੁੜੇ ਰਹੇ ਅਤੇ ਰਾਜੀਵ ਗਾਂਧੀ ਦਾ ਮੋਹਰਾ ਬਣ ਕੇ ਪੰਜਾਬ ਅਤੇ ਸਿੱਖਾਂ 'ਤੇ ਜ਼ੁਲਮ ਦਾ ਸਿਲਸਿਲਾ ਚੱਲਦਾ ਰਿਹਾ। 6 ਜਨਵਰੀ 1999 ਦੇ ਦਿਨ ਸਤਵੰਤ ਸਿੰਘ ਅਤੇ ਕੇਰ ਸਿੰਘ ਨੂੰ ਇੰਦਰਾ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ। 13 ਜਨਵਰੀ ਦੇ ਦਿਨ ਜੰਮੂ 'ਚ ਵੀ ਸਿੱਖਾਂ ਨੇ ਨਗਰ ਕੀਰਤਨ ਕੱਢਿਆ। ਇਸ ਮੌਕੇ ਲੋਕਾਂ ਨੇ ਸਤਵੰਤ ਸਿੰਘ ਅਤੇ ਕੇਰ ਸਿੰਘ ਸ਼ਹੀਦਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਵੀ ਝੁੱਕੇ ਹੋਏ ਸਨ। ਦਹਿਸ਼ਤਗਰਦ ਹਿੰਦੂਆਂ ਨੇ ਇਸ ਜਲੂਸ 'ਤੇ ਵੀ ਹਮਲਾ ਬੋਲ ਦਿੱਤਾ ਅਤੇ ਕਈ ਸਿੱਖ ਮਾਰ ਦਿੱਤੇ ਅਤੇ ਬਹੁਤ ਸਾਰੇ ਜ਼ਖਮੀ ਕਰ ਦਿੱਤੇ। 13 ਜਨਵਰੀ 1990 ਦੇ ਦਿਨ ਪੁਲਿਸ ਨੇ ਰੁਲਦੂ ਸਿੰਘ ਪੁੱਤਰ ਬਾਬਾ ਸਿੰਘ ਵਾਸੀ ਪੰਡੋਰੀ ਨੂੰ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 13 ਜਨਵਰੀ ਦਾ ਦਿਨ।